ਕੁੜੀ ਮੁੰਡੇ ਨੂੰ, ਤੂੰ ਕੰਮ ਵੀ ਨਹੀਂ ਕਰਦਾ ਫੇਰ ਵੀ ਤੇਰੇ ਕੋਲ ਪੈਸੇ ਆਉਂਦੇ ਨੇ। ਅੱਗੂ ਮੁੰਡਾ, ਸ਼ਹਿਜ਼ਾਦੀ ਏ ਪੂਰੇ ਮੱਲੇ ਦੀ ਦਹੀਂ ਲਿਆ ਨਾ, ਹਰ ਚੱਕਰ ਚ 5-10 ਵੱਜ ਜਾਂਦੇ ਨੇ। ਕਲਾਸ ਦੇ ਵਿੱਚ ਲੜਕਿਆਂ ਦੀ ਸ਼ਰਾਰਤ ਤੋਂ ਤੰਗ ਆ ਕੇ ਉਸਤਾਦ ਨੇ ਕਿਹਾ, ਸਾਰੇ ਜ਼ਮੀਨ ਤੇ ਲੇਟ ਜਾਓ ਤੇ ਸਾਈਕਲ ਦੀ ਤਰ੍ਹਾਂ ਆਪਣੀਆਂ ਟੰਗਾਂ ਚਲਾਓ। ਥੋੜੀ ਦੇਰ ਬਾਅਦ ਇੱਕ ਮੁੰਡੇ ਨੇ ਟੰਗਾਂ ਚਲਾਣੀਆਂ ਰੋਕ ਦਿੱਤੀਆਂ। ਉਸਤਾਦ ਨੇ ਕਿਹਾ, ਓਏ ਤੂੰ ਕਿਉਂ ਰੋਕਿਆ? ਅੱਗੂ ਮੁੰਡਾ, ਜਨਾਬ ਮੇਰੀ ਚੈਨ ਲੈ ਗਈ ਏ। ਮੁੰਡੇ ਨੇ ਇੱਕ ਫੋਨ ਮਿਲਾਇਆ ਤੇ ਕਿਹਾ, ਪੰਮੀ ਕੀ ਹਾਲ ਆ? ਅੱਗੋਂ ਜਵਾਬ ਆਇਆ, ਤੂੰ ਰਾਮ ਲਾਲ ਦਾ ਮੁੰਡਾ ਵਾ? ਮੁੰਡੇ ਨੇ ਕਿਹਾ ਹਾਂ ਜੀ। ਅੱਗੋਂ ਫਿਰ ਕਿਸੇ ਨੇ ਪੁੱਛਿਆ, ਤੂੰ ਜੀਵਨ ਲਾਲ ਦਾ ਪੋਤਾ? ਮੁੰਡੇ ਨੇ ਕਿਹਾ ਹਾਂ ਜੀ। ਅੱਗੋਂ ਫਿਰ ਪੁੱਛਿਆ, ਤੂੰ ਮੋਹਨ ਲਾਲ ਆ ਨਾ? ਮੁੰਡੇ ਨੇ ਕਿਹਾ ਹਾਂ ਜੀ। ਅੱਗੋਂ ਫਿਰ ਆਵਾਜ਼ ਆਈ, ਬਗੈਰ ਤਾਂ ਤੂੰ ਪੰਮੀ ਦਾ ਨਹੀਂ ਮੰਮੀ ਦਾ ਨੰਬਰ ਮਿਲਾ ਲਿਆ। ਇੱਕ ਸ਼ਰਾਬੀ ਨੂੰ ਰਾਤੀ 3 ਵਜੇ ਪੁਲਿਸ ਵਾਲਿਆਂ ਨੇ ਰੋਕ ਲਿਆ। ਹਾਂ ਵੀ ਇੰਨੀ ਰਾਤੀ ਕਿੱਥੇ ਜਾਣ ਡਿਆ? ਸ਼ਰਾਬੀ, ਜਨਾਬ ਮੈਂ ਸਿਗਰਟ ਸ਼ਰਾਬ ਚਰਸ ਚੁਰਸ ਤੇ ਲੈਕਚਰ ਸੁਣਨ ਜਾ ਰਿਹਾ। ਪੁਲਿਸ, ਓਏ ਇਸ ਟਾਈਮ ਤੈਨੂੰ ਲੈਕਚਰ ਕਿਹਨੇ ਦੇਣਾ? ਸ਼ਰਾਬੀ ਬੜੀ ਮਾਸੂਮੀਅਤ ਨਾਲ, ਜਨਾਬ ਮੇਰੀ ਬੀਵੀ ਨੇ ਦੇਣਾ। ਇੱਕ ਅਨਪੜ੍ਹ ਕੁੜੀ ਦੀ ਸ਼ਾਦੀ ਪੜ੍ਹੇ ਲਿਖੇ ਮੁੰਡੇ ਨਾਲ ਹੋ ਗਈ। ਇੱਕ ਦਿਨ ਉਹਦਾ ਸ਼ੋਹਰ ਗਲੇ ਦੇ ਵਿੱਚ ਨਵਾਲਾ ਫਸਣ ਨਾਲ ਮਰ ਗਿਆ। ਲੜਕੀ ਹੁਣ ਉਹਦੀ ਮਈਅਤ ਤੇ ਬੈਨ ਪਾਉਣ ਡਈ ਏ, ਹਾਏ ਵੇ ਪਾਣੀ ਵੀ ਨਹੀਂ ਮੰਗਿਆ, ਵਾਟਰ ਵਾਟਰ ਕਰਦਾ ਮਰ ਗਿਆ। ਇੱਕ ਸਰਦਾਰ ਰਾਤ ਨੂੰ ਮੂੰਹ ਉੱਤੇ ਕਰਕੇ ਚੰਨ ਨੂੰ ਕਹਿੰਦਾ ਕਿ ਦੱਸ ਮੇਰਾ ਮਹਿਬੂਬ ਕਿੱਦਾਂ ਦਾ ਵਾ। ਇਹ ਸੁਣ ਕੇ ਫਿਰ ਚੰਦ ਦੀ ਆਵਾਜ਼ ਆਈ ਕਿ ਗੱਲ ਇਹ ਆ ਕਿ ਇੱਕ ਤਾਂ ਮੈਂ ਤੇਰੇ ਪਿਓ ਦਾ ਨੌਕਰ ਨਹੀਂ, ਤੇ ਦੂਜਾ ਇੰਨੀ ਦੂਰੋਂ ਮੈਨੂੰ ਨਜ਼ਰ ਵੀ ਨਹੀਂ ਆਉਂਦਾ, ਤੇ ਤੀਜੀ ਗੱਲ ਇਹ ਆ ਕਿ ਇਹ ਬਗੈਰਤੀਆਂ ਜ਼ਮੀਨ ਤੇ ਰੱਖਿਆ ਕਰੋ, ਮੈਨੂੰ ਵਿੱਚ ਨਾ ਪਾਇਆ ਕਰੋ।